Hi everyone, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਗੁਰਲੀਨ ਚੋਪੜਾ ਅਗੇਨ ਆਮ ਬੈਕ ਵਿਦ ਮਾਈ ਨੈਕਸਟ ਵੀਡੀਓ ਤੁਹਾਨੂੰ ਪਤਾ ਹੈ ਦੁਨੀਆ ਵਿੱਚ 3 ਮਿਲੀਅਨਸ ਜਿਹੜੀਆਂ ਡੈਥ ਹੋ ਰਹੀਆਂ ਉਹ ਜਸਟ ਡਿਊ ਟੂ ਬੈਡ ਡਾਈਟ ਬੈਡ ਫੂਡ ਹੈਬਿਟਸ ਬੈਡ ਹੈਲਥ ਜਦੋਂ ਸਾਡੀ ਹੈਲਥ ਖਰਾਬ ਹੋ ਜਾਂਦੀ ਹੈ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਆ ਕੇ ਫੜ ਲੈਂਦੀਆਂ ਉਹਦਾ ਕੀ ਰੀਜ਼ਨ ਹੁੰਦਾ ਅਸੀਂ ਗਲਤ ਖਾਂਦੇ ਹਾਂ ਰੈਗੂਲਰ ਐਕਸਰਸਾਈਜ਼ ਨਹੀਂ ਕਰਦੇ ਸਾਡੀ ਬਾਡੀ ਵਿੱਚ ਹੀ ਸਾਰੀਆਂ ਪ੍ਰੋਬਲਮਸ ਹੈ ਤੇ ਬਾਡੀ ਦੇ ਵਿੱਚ ਹੀ ਸਾਡੀ ਕੋਲ ਦਵਾਈ ਹੈ ਸਾਨੂੰ ਕਿਤੇ ਵੀ ਬਾਹਰ ਜਾ ਕੇ ਕੁਝ ਖਾਣ ਦੀ ਲੋੜ ਨਹੀਂ ਹੈ ਕੋਈ ਦਵਾਈਆਂ ਨਾਲ ਅਸੀਂ ਠੀਕ ਨਹੀਂ ਹੋਣਾ ਕੋਈ ਸ਼ੇਕਸ ਨਾਲ ਅਸੀਂ ਠੀਕ ਨਹੀਂ ਹੋਣਾ ਅਸੀਂ ਘਰ ਦੀ ਦਾਲ ਰੋਟੀ ਨਾਲ ਹੀ ਠੀਕ ਹੋਣਾ ਤੁਹਾਨੂੰ ਪਤਾ ਤੁਸੀਂ ਨੋਟਿਸ ਕੀਤਾ ਹੋਣਾ ਕਿ ਜਿਹੜੇ ਸੈਲੀਬ੍ਰਿਟੀਜ਼ ਹੈ ਉਹਨਾਂ ਨੂੰ ਬੜੇ ਜਲਦੀ ਰਿਜ਼ਲਟਸ ਮਿਲਦੇ ਆ ਆਮ ਲੋਕਾਂ ਨੂੰ ਜਦੋਂ ਡਾਈਟ ਫੋਲੋ ਕਰਦੇ ਆ ਬੜੀ ਸਲੋ ਸਲੋ ਰਿਜ਼ਲਟਸ ਮਿਲਦੇ ਆ ਕਦੀ ਉਹਨਾਂ ਦੀ ਸਕਿਨ ਮੁਰਝਾ ਜਾਂਦੀ ਹੈ ਰਿੰਕਲਸ ਆ ਜਾਂਦੇ ਆ ਬਟ ਉਹ ਰਿਜ਼ਲਟਸ ਨਹੀਂ ਮਿਲਦੇ ਜੋ ਸੈਲੀਬ੍ਰਿਟੀਜ਼ ਨੂੰ ਮਿਲਦੇ ਆ ਰੀਜ਼ਨ ਕਿਉਂਕਿ ਜਿਹੜੀ ਸੈਲੀਬ੍ਰਿਟੀਜ਼ ਦੀ ਡਾਈਟ ਹੁੰਦੀ ਹੈ ਹਾਈ ਪ੍ਰੋਟੀਨ ਡਾਈਟ ਹੁੰਦੀ ਹੈ ਇਹ ਹਰ ਕੋਈ ਕਿਸੇ ਨੂੰ ਨਹੀਂ ਦੇ ਸਕਦਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਵੀ ਤੁਸੀਂ ਕੋਈ ਆਪਣਾ ਹੈਲਥ ਕੋਚ ਤੁਸੀਂ ਡਿਸਾਈਡ ਕਰਨਾ ਬੜਾ ਸੋਚ ਸਮਝ ਕੇ ਕਰਨਾ ਬਿਕੋਜ਼ ਇਟਸ ਮੈਟਰ ਆਫ ਯੋਰ ਲਾਈਫ ਤੁਹਾਡੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ ਇੱਕ ਬਾਡੀ ਵਿੱਚੋਂ ਦੂਜੀ ਬਾਡੀ ਕੱਢਣਾ 85 ਕੇਜੀ ਤੋਂ 55 ਕੇਜੀ ਲੈ ਕੇ ਆਉਣਾ ਮਿਰਰ ਦੇ ਵਿੱਚ ਤੁਹਾਨੂੰ ਵਿਜ਼ੀਬਲ ਰਿਜ਼ਲਟਸ ਦਿਖਾਣਾ ਤੁਹਾਡੀ ਸਕਿਨ ਨੂੰ ਡੇ ਬਾਏ ਡੇ ਯੰਗ ਕਰਨਾ ਤੁਹਾਨੂੰ 10 ਤੋਂ 15 ਸਾਲ ਪਿੱਛੇ ਲੈ ਜਾਣਾ ਇਹ ਸਾਰਾ ਕੁਝ ਕੀ ਹੁੰਦਾ ਹੈ ਇੱਕ ਪ੍ਰੋਪਰ ਡਾਈਟ ਦਾ ਹੀ ਕਮਾਲ ਹੁੰਦਾ ਹੈ ਜੋ ਹਰ ਕਿਸੇ ਨੂੰ ਨੌਲੇਜ ਨਹੀਂ ਹੁੰਦੀ ਵੇਟ ਤਾਂ ਕੋਈ ਵੀ ਘੱਟ ਕਰਾ ਦੇਗਾ ਤੁਸੀਂ ਰੋਟੀ ਸ਼ਾਟ ਤੋਂ ਗੂਗਲ ਨੂੰ ਦੇਖ ਕੇ ਯੂਟਿਊਬ ਨੂੰ ਦੇਖ ਕੇ ਰੋਟੀ ਸ਼ਾਟ ਤੋਂ ਬਖਲੇ ਹੋ ਜਾਓਗੇ ਬਟ ਕੀ ਤੁਹਾਡੀ ਪਿਗਮੈਂਟੇਸ਼ਨ ਠੀਕ ਹੋਏਗੀ ਕੀ ਤੁਹਾਡੇ ਪਿੰਪਲਸ ਠੀਕ ਹੋਣਗੇ ਕਿ ਤੁਹਾਨੂੰ ਉਹ ਡਾਈਟ ਯੰਗ ਬਣਾਉਗੀ 10-15 ਸਾਲ ਪਿੱਛੇ ਲੱਗੇ ਜਾਓਗੇ 30-35 ਕਿਲੋ ਵੇਟ ਨਿਕਲਣ ਤੋਂ ਬਾਅਦ ਵੀ ਤੁਹਾਡੀ ਬਾਡੀ ਇਕਦਮ ਟੋਨਡ ਹੋ ਜਾਏਗੀ ਨੋ ਨਾਟ ਐਟ ਆਲ ਇੱਕ ਉਦੋਂ ਹੁੰਦਾ ਹੈ ਜਦੋਂ ਕਿਸੇ ਨੂੰ ਇੰਨੀ ਜ਼ਿਆਦਾ ਨੌਲੇਜ ਹੋਵੇ ਕਿ ਤੁਹਾਨੂੰ ਕਿਹੜੇ ਟਾਈਮ ਤੇ ਕਿਹੜੀ ਡਾਈਟ ਦੇਣੀ ਹੈ ਕਦੋਂ ਦੇਣੀ ਹੈ ਕਿਵੇਂ ਦੇਣੀ ਹੈ ਸਕਿਨ ਦੇ ਨਾਲ ਨਾਲ ਬਾਡੀ ਵੀ ਟੋਨਡ ਹੁੰਦੀ ਹੈ ਸਕਿਨ ਦੇ ਵਿੱਚ ਤਾਂ ਗਲੋ ਆ ਹੀ ਜਾਂਦਾ ਹੈ ਤੁਹਾਡੇ ਹੇਅਰ ਸਟਰੋਂਗ ਬਣ ਜਾਂਦੇ ਸੋ ਕਿਉਂ ਤੁਸੀਂ ਆਪਣੇ ਆਪ ਨੂੰ ਬਿਮਾਰੀਆਂ ਵੱਲ ਝੁਲਸਦੇ ਜਾ ਰਹੇ ਹੋ ਉੱਧਰ ਨੂੰ ਜਾਂਦੇ ਜਾ ਰਹੇ ਹੋ ਬਿਮਾਰੀਆਂ ਨੂੰ ਆਪਾਂ ਗੁੱਡ ਬਾਏ ਕਹਿਣਾ ਹੈ ਪ੍ਰੋਪਰ ਹੈਲਥ ਡਾਈਟ ਨੂੰ ਅਸੀਂ ਫੋਲੋ ਕਰਨਾ ਤੇ ਤੁਹਾਨੂੰ ਰਿਜ਼ਲਟਸ ਦਿਖਣਗੇ ਜਸਟ ਵਿਦ ਇਨ 2 ਡੇਜ਼ ਉਹਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਯੂ ਹੈਵ ਟੂ ਕੰਟੈਕਟ ਮੀ ਔਨ ਇੰਸਟਾਗ੍ਰਾਮ ਕਾਉਂਸਲਿੰਗ ਵਿਦ ਡੋਟ ਜੀਸੀ ਦਿਸ ਵੀਡੀਓ ਇਜ਼ ਫੋਰ ਦਾ ਟਿਕਟੋਕਰਸ ਜਿਹੜੇ ਟਿਕਟੋਕ ਦੇ ਮੇਰੇ ਫੈਨਸ ਆ ਜਿਨ੍ਹਾਂ ਨੇ ਮੈਨੂੰ 3.2 ਮਿਲੀਅਨ ਤੱਕ ਲਾਈਕ ਕੀਤਾ ਇਹ ਉਹਨਾਂ ਲਈ ਵੀਡੀਓ ਹੈ ਕਿਉਂਕਿ ਜੋ ਇੰਡੀਆ ਦੇ ਵਿੱਚ ਸਾਡਾ ਟਿਕਟੋਕ ਨਹੀਂ ਚੱਲਦਾ ਬਟ ਆਮ ਹੇਅਰ ਅਗੇਨ ਬੈਕ ਫੋਰ ਯੂ ਆਲ ਸੋ ਤੁਹਾਨੂੰ ਕੋਈ ਵੀ ਹੈਲਥ ਰਿਲੇਟਡ ਪ੍ਰੋਬਲਮ ਹੈ ਸਕਿਨ ਰਿਲੇਟਡ ਪ੍ਰੋਬਲਮ ਹੈ mentally you see pareshan ho stress anxiety depression any kind of problem please do contact me mere to jinna ho sakega main tuhade layi ek perfect package bana ke davangi jide naal tusi pehle hafte vich hi tusi khush rehna sikh loge tuhanu proper neend aayegi tusi hor zyada light feel karoge energetic feel karoge aur tuhanu lagega ki wow I'm the most beautiful person on this earth so please contact me on my official page counselingwith.gc on instagram love you all stay happy